ਲਓ ਇੱਧਰ ਚੱਲਦੀ ਹੋਈ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸਰਵਨ ਤੇ ਨਦੀਮ ਦੇ ਦਰਮਿਆਨ ਜਿਹੜਾ ਮੁਕਾਬਲਾ ਸ਼ੁਰੂ ਹੋਇਆ ਅੱਜ ਵੱਡੀਆਂ ਜਿਹੜੀਆਂ ਤਿੰਨ ਕੁਸ਼ਤੀਆਂ ਸੀ ਦੋ ਕੁਸ਼ਤੀਆਂ ਦੇ ਕਹਿ ਲਓ ਆਰ ਪਾਰ ਦੇ ਫੈਸਲੇ ਹੋਏ ਆ ਨਹੀਂ ਤੇ ਵੱਡੀਆਂ ਕੁਸ਼ਤੀਆਂ ਦੇ ਫੈਸਲੇ ਘੱਟ ਹੀ ਹੁੰਦੇ ਆ ਪਰ ਅੱਜ ਦੋਨੋਂ ਕੁਸ਼ਤੀਆਂ ਦੇ ਜਿਹੜੇ ਆਰ ਪਾਰ ਦੇ ਫੈਸਲੇ ਹੋਏ ਆ ਇੱਕ ਕੁਸ਼ਤੀ ਬਾਰੂ ਜਿੱਤਿਆ ਇੱਕ ਮਨੀਰ ਪਹਿਲਵਾਨ ਜਿੱਤ ਗਿਆ ਔਰ ਤੀਸਰੀ ਜਿਹੜੀ ਵੱਡੀ ਕੁਸ਼ਤੀ ਚੱਲਦੀ ਹੈ ਨਦੀਮ ਤੇ ਦੂਸਰੇ ਪਾਸੇ ਸਰਵਣ ਪਹਿਲਵਾਨ ਡੇਰਾ ਬਾਬਾ ਨਾਨਕ ਕਿ ਖੇਡ ਜੱਗ ਨੂੰ ਜਿੱਤਣਾ ਜਿੰਨੇ ਚੱਲਦੀ ਜੁਗਤ ਦਲੇਰੀ ਜਿਗਰੇ ਵਾਲੇ ਅੱਗੇ ਆਉਂਦੇ ਦੁਨੀਆਂ ਵੇ ਬਤੇਰੀ ਇਹ ਖੋਟਾ ਸਿੱਕਾ ਕਹਿ ਕੇ ਨਾ ਔਕਾਤ ਚੱਕ ਹੁੰਦੀ ਜਿਹੜਾ ਦੱਬ ਜਾਂਦਾ ਲੋਕ ਥੱਲੇ ਲਾਈ ਫਿਰਦੇ ਸੁਖੀ ਲੁਪੋ ਜਿਹੜਿਆਂ ਦਿਲਾਂ ਚ ਡਰ ਹੈ ਨੀ ਗੱਲ ਸ਼ੇਰਾਂ ਦੇ ਉਹ ਸੰਗਲੀਆਂ ਪਾਈ ਫਿਰਦੇ ਕਿ ਸੁਖੀ ਲੁਪੋ ਜਿਹੜਿਆਂ ਦਿਲਾਂ ਚ ਡਰ ਹੈ ਨੀ ਗੱਲ ਸ਼ੇਰਾਂ ਦੇ ਉਹ ਸੰਗਲੀਆਂ ਪਾਈ ਫਿਰਦੇ ਲਓ ਚੱਲਦਾ ਹੋਇਆ ਮੁਕਾਬਲਾ ਚੱਲਦੀਆਂ ਹੋਈਆਂ ਦੋ ਕੁਸ਼ਤੀਆਂ ਕਿ ਮੁਸੀਬਤਾਂ ਨਾਲ ਲੜੇ ਜਿਹੜੇ ਰਾਹ ਲੱਭ ਲੈਂਦੇ ਨੇ ਲੋਕੀ ਯੋਧਿਆਂ ਬਹਾਦਰਾਂ ਦਾ ਨਾਂ ਸਦਾ ਲੈਂਦੇ ਨੇ ਦਿਨ ਰਾਤ ਇੱਕ ਘਰ ਹੁੰਦੇ ਆ ਮੈਦਾਨ ਫਤਿਹ ਸੋਕੇ ਢੋਣੇ ਦੀ ਅਖਾੜਿਆਂ ਚ ਮਨ ਮਿੱਤਰੋ ਕਿ ਜਿੱਤ ਲੱਗੇ ਸੁਖੀ ਲਾਈਆਂ ਹੋਣ ਮਿਹਨਤਾਂ ਕਦੇ ਬਣੇ ਨਾ ਤਿਆਰੀ ਬਿਨਾ ਗੱਲ ਮਿੱਤਰੋ ਕਦੇ ਬਣੇ ਨਾ ਤਿਆਰੀ ਬਿਨਾ ਗੱਲ ਮਿੱਤਰੋ ਬਾਕੀ ਤਿਆਰੀ ਕਰਨੀ ਪੈਂਦੀ ਹੈ ਮਿਹਨਤ ਮਾਰਨੀ ਪੈਂਦੀ ਹੈ ਇੱਧਰ ਵੱਡਾ ਧੰਨਵਾਦ ਹੈ ਮਨਸੂਰ ਮਿਹਾਰੀਆ ਭਰਾ ਔਰ ਮੰਗੂ ਸਾਡਾ ਵੀਰ ਜਿਹੜੇ ਸਾਡੇ ਦਰਮਿਆਨ ਪਹੁੰਚੇ ਆ ਨਾਲ ਜੇਤੂ ਵਰਗੇ ਭਰਾ ਰਫੂ ਖਾਨ ਵਰਗੇ ਵੀਰ ਤਾਲਬ ਸੋਨੂ ਚੌਧਰੀ ਦੀਆਂ ਗੱਲਾਂ ਹੁੰਦੀਆਂ ਨੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਪਰ ਕੁਸ਼ਤੀਆਂ ਅੱਜ ਭਾਗ ਥਲੀ ਦੀ ਧਰਤੀ ਤੇ ਹੈ ਅੱਜ ਯੁੱਧ ਹੋ ਗਏ ਆ ਸਿਰੇ ਦੇ ਮੁਕਾਬਲੇ ਹੋ ਗਏ ਆ ਇੱਧਰ ਕੁਸ਼ਤੀ ਜਿਹੜੀ ਫਾਈਨਲ ਹੈ ਚੱਲਦੀ ਪਈ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਸ਼ਾਬਾ 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 ਜੀ ਮਾਰੋ ਹੱਲਾ ਲਗਾਓ ਦਾ ਬਿਜ ਰੈਫਰੀ ਥੋੜਾ ਚਲਤੇ ਫਿਰਤੇ ਸ਼ਾਬਾ ਸ਼ਾਬਾ ਬਈ ਮਾਰੂ ਹੱਲਾ ਪਹਿਲਵਾਨ ਨੂੰ ਲਾਓ ਦਾ ਬਿਜ ਚੱਲਦੀ ਹੋਈ ਕੁਸ਼ਤੀ ਕਹਿੰਦਾ ਮਾੜੀ ਗੱਲ ਤੇ ਸਰੀਰ ਗੁੱਸਾ ਇੰਜ ਫੜਦਾ ਕਹਿੰਦੇ ਰੋਡ ਤੇ ਸੁਦੀਲ ਜੂ ਸਮਾਨੀ ਫੜਦੀ ਕਿ ਕੰਮ ਘੁੰਮ ਮਿੱਤਰਾਂ ਦਾ ਕੋਈ ਨਾ ਅੜੇ ਜਿੱਥੇ ਅੜਦੀ ਹੈ ਯਾਰਾਂ ਦੀ ਗਰਾਨੇ ਅੜਦੀ ਫਿਰ ਕਹਿੰਦੇ ਨੇ ਬੰਦਾ ਭਲਵਾਨ ਬੰਦਾ ਕਿ ਫਿਰ ਕਹਿੰਦੇ ਨੇ ਬੰਦਾ ਭਲਵਾਨ ਬੰਦਾ ਮੈਂ ਕਿਹਾ ਭਲਵਾਨੀ ਦੀਆਂ ਗੱਲਾਂ ਨੇ ਲਾਈਆਂ ਮਿਹਨਤਾਂ ਦੇ ਮੁੱਲ ਮੁੜੇ ਜਾ ਰਹੇ ਹੈ ਮੈਦਾਨ ਦੇ ਵਿੱਚ ਚੱਲਦੇ ਸੀ ਇਹ ਕੁਸ਼ਤੀ ਅੜੇ ਕਹਿੰਦਾ ਰਹਿੰਦੀ ਦੁਨੀਆ ਸਲਾਮਾ ਫੇਰ ਕਰਦੀ ਹੁੰਦਾ ਜਿਹੜੇ ਸਰੀਰਾਂ ਵਿੱਚ ਜ਼ੋਰ ਬਈ ਹੁਣ ਜੇ ਪੈਸੇ ਧੇਲੇ ਸਭ ਲੁੱਟ ਸਕਦਾ ਨਾ ਮਿਹਨਤ ਨੂੰ ਪਵੇ ਕਦੇ ਚੋਰ ਜੀ ਕੇ ਚੂਰੀ ਮਾਂ ਦੀ ਤੇ ਹੱਲਾ ਸ਼ੇਰੀ ਬਾਪੂ ਦੀ ਫਰਿੰਦਰਾ ਮਾਰਾ ਗੁਰੂ ਦੀਆਂ ਬੇੜੇ ਪਾਰ ਲਾਉਂਦੀਆਂ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ ਟੀਕੇ ਲਾ ਕੇ ਨਾ ਦਲੇਰੀਆਂ ਵੀ ਆਉਂਦੀਆਂ ਕੇ ਟੀਕੇ ਲਾ ਕੇ ਨਾ ਦਲੇਰੀਆਂ ਵੀ ਆਉਂਦੀਆਂ ਸਾਡੀਆਂ ਖੁਰਾਕਾਂ ਦੇ ਮੁੱਲ ਮੁੜੇ ਜਾ ਰਹੇ ਹੈ ਲਾਈਆਂ ਹੋਈਆਂ ਮਿਹਨਤਾਂ ਦੇ ਮੁੱਲ ਮੁੜੇ ਜਾ ਰਹੇ ਹੈ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਬਾਈ ਘੁੰਮ ਫਿਰ ਕੇ ਬਾਹਰਲੇ ਪਾਸੇ ਹੋ ਕੇ ਕਰੋ ਜੀ ਗੱਲ ਹਾਂ
ਪਿੱਛੇ ਪਿੱਛੇ ਹਟ ਜਾਓ, ਪਿੱਛੇ ਪਿੱਛੇ ਹਟ ਜਾਓ। ਵੱਡੀ ਗੁੱਦੀ ਜਾਂਦੀ ਹੈ ਕਿ ਚੌੜੀਆਂ ਹੀ ਕਰ ਸਭੇ ਸਭੇ ਦੇ ਪੱਟ ਜਵਾਨਾਂ ਦੇ, ਜਿੱਥੇ ਪੈਜਨ ਪੱਟ ਨਹੀਂ ਹੁੰਦੇ ਹੱਥ ਜਵਾਨਾਂ ਦੇ, ਕਿ ਵਿੱਚ ਦੰਗਲਾਂ ਦੇ ਜੋਰ ਦਿਖਾਉਂਦੇ ਕਰਨ ਕਮਾਲਾਂ ਬਈ, ਝੂਮ ਝੂਮ ਕੇ ਤੁਰਦੇ ਪਾਉਂਦੇ ਫਿਰਨ ਧਮਾਲਾਂ ਬਈ, ਸ਼ੇਰੇ ਗਹਿਲ ਮਜ਼ਾਰੀ ਦੁਨੀਆ ਐਨ ਨਚਾਉਂਦੇ ਨੇ, ਕਿ ਹੀਰੇ ਪੁੱਤ ਪੰਜਾਬੀ ਜਗ ਦੇ ਨਾਂ ਚਮਕਾਉਂਦੇ ਨੇ, ਕਿ ਹੀਰੇ ਪੁੱਤ ਪੰਜਾਬੀ ਜਗ ਦੇ ਨਾਂ ਚਮਕਾਉਂਦੇ ਨੇ। ਲਓ ਮਾਵਾਂ ਦੇ ਬਲੀ ਪੁੱਤ ਜਿਹੜੇ ਮੈਦਾਨ ਦੇ ਵਿੱਚ ਜੋਰ ਦਿਖਾਉਂਦੇ ਆ, ਮਾਵਾਂ ਦੇ ਬਲੀ ਪੁੱਤ ਅੱਜ ਮੈਦਾਨ ਦੇ ਵਿੱਚ ਜਿਹੜਾ ਜੋਰ ਦਿਖਾਉਂਦੇ ਆ। ਬਾਈ ਥੋੜਾ ਜਿਹਾ ਖਾੜਾ ਖੁੱਲਾ ਕਰ ਲਈਏ ਆਪਾਂ, ਮੇਰੀ ਬੇਨਤੀ ਹੈ ਕਿ ਪਹਿਲਾਂ ਆਪਾਂ ਬੜੇ ਪਿਆਰ ਨਾਲ ਜਿਹੜਾ ਸਹਿਯੋਗ ਕੀਤਾ, ਬੜੇ ਪਿਆਰ ਨਾਲ ਗੁੱਸੇ ਦੇਖੇ ਨੇ, ਹੁਣ ਥੋੜਾ ਥੋੜਾ ਪਿੱਛੇ ਹਟ ਜਾਈਏ। ਸ਼ਾਬਾ 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 ਸ਼ਾਬਾ, ਇਹ ਗੱਲਾਂ ਨਾਲ ਕਦੇ ਨੀ ਮੈਦਾਨ ਜਿੱਤ ਹੁੰਦੇ। ਬਾਈ ਜੋਰ ਬਿਨਾਂ ਕਿੱਥੋਂ ਭਲਵਾਨ ਜਿੱਤ ਹੁੰਦੇ, ਕਿ ਮਨ ਮਰ ਪੈਂਦੇ ਨੇ ਕਸ਼ਟ ਝੱਲਣੇ, ਸੌਖੇ ਨਹੀਂ ਉਹ ਮਿੱਤਰੋ ਤੂਫਾਨ ਛੱਲਣੇ, ਸ਼ੇਰੇ ਗਹਿਲ ਬਜ਼ਾਰੀ ਡੋਰਾ ਰੱਖ ਰੱਬ ਤੇ, ਕਿ ਕਰ ਮਿਹਨਤ ਹੀ ਹੁੰਦੀਆਂ ਚੜ੍ਹਾਈਆਂ ਜੱਗ ਤੇ, ਕਿ ਕਰ ਮਿਹਨਤ ਹੀ ਹੁੰਦੀਆਂ ਚੜ੍ਹਾਈਆਂ ਜੱਗ ਤੇ। ਬੱਲੇ ਬੱਲੇ ਪਰਲੇ ਪਾਸੇ ਅਸਮ ਤੇ ਨਾਲ ਵਾਗਾ ਹੈ ਲੱਗਾ ਹੋਇਆ ਯੂਰ, ਉਸਦੀ ਚੋਟੀ ਦੀ ਚੱਲਦੀ ਹੈ, ਕਹਿੰਦਾ ਉੜਜੂ ਉੜਜੂ ਕਰੇ ਜਵਾਨੀ, ਤੁਰਨ ਤੋਰਾ ਮੁਸਤਾਨੀਆ ਜੀ, ਕਿ ਰੀਝਾ ਲਾਲਾ ਕਰਦੇ ਚੋਬਰ ਸ਼ੌਂਕ ਨਾਲ ਪਹਿਲਵਾਨੀ ਹੈ ਜੀ, ਕਿ ਗਹਿਲ ਬਜ਼ਾਰੀ ਵਾਲਿਆ ਤੁਰਦੇ ਤਾਈਓ ਨਾਲ ਨੇ ਸ਼ਾਨਾ ਦੇ, ਕਿ ਚੱਕ ਚੱਕ ਅੱਡੀਆਂ ਤੱਕਦੀ ਦੁਨੀਆ, ਜਦ ਭੇਡ ਹੁੰਦੇ ਨੇ ਸਾਨਾ ਦੇ, ਕਿ ਤੱਕ ਚੱਕ ਅੱਡੀਆਂ ਤੱਕਦੀ ਦੁਨੀਆ, ਜਦ ਹੱਥ ਜੁੜਦੇ ਭਲਵਾਨਾਂ ਦੇ। ਲੋ ਸਮਾਂ ਹੌਲੀ ਹੌਲੀ ਬੀਤਦਾ ਜਾਂਦਾ ਏ, ਸਮਾਂ ਹੌਲੀ ਹੌਲੀ ਬੀਤਦਾ ਜਾਂਦਾ ਏ, ਕਹਿੰਦਾ ਨਾਮ ਉਹਨਾਂ ਦੇ ਚੱਲਦੇ ਜਿਹਨਾਂ ਮੱਲਾਂ ਮਾਰੀਆਂ ਨੇ, ਕੌਣ ਪੁੱਛਦਾ ਉਹਨਾਂ ਨੂੰ ਮਿੱਤਰੋ, ਜਿਹਨਾਂ ਬੈਠ ਕੇ ਗੱਲਾਂ ਮਾਰੀਆਂ ਨੇ, ਕਿ ਨਾਲ ਮਿਹਨਤ ਯਾਰੋ ਸਿਰੇ ਕਰਾਏ ਨੇ, ਮਾਪੇ ਪਿੰਡ ਇਲਾਕੇ ਨਾਂ ਚਮਕਾਏ ਨੇ, ਤੇਰੇ ਗਹਿਲ ਬਜ਼ਾਰੀ ਦੁਨੀਆ ਉਹਨਾਂ ਮਨਾਈ ਹੈ, ਕਿ ਨਾਲ ਮਿਹਨਤ ਹੁੰਦੀ ਯਾਰਾ ਸਦਾ ਚੜ੍ਹਾਈ ਹੈ, ਕਿ ਨਾਲ ਮਿਹਨਤ ਹੁੰਦੀ ਯਾਰਾ ਸਦਾ ਚੜ੍ਹਾਈ ਹੈ। ਛਾਬਾ 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 ਮਾਰੋ ਹਲਾ ਲਗਾਓ ਦਾਬੇ ਚ, ਲੋ ਚੱਲਦੀ ਹੋਈ ਕੁਸ਼ਤੀ। ਬਾਈ ਪਿੱਛੇ 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 ਹਟ ਜਾਓ ਜੀ, ਮੇਰੀ ਬੇਨਤੀ ਆ ਵੀਰਾਂ ਨੂੰ ਪਿੱਛੇ ਪਿੱਛੇ ਹੋ ਜਾਓ ਜੀ, ਪਿੱਛੇ ਪਿੱਛੇ ਕੁਸ਼ਤੀਆਂ ਦੋ ਚੱਲਦੀਆਂ ਨੇ ਮੈਦਾਨ ਦੇ ਵਿੱਚ, ਚੱਲਦੇ ਹੋਏ ਜਿਹੜੇ ਮੁਕਾਬਲੇ ਆ ਇਹਨਾਂ ਪਹਿਲਵਾਨਾਂ ਦੇ ਦਰਮਿਆਨ, ਮੈਂ ਤਾਂ ਸਮਝਦੀਆਂ ਸਮਾਂ ਦੱਸੂਗਾ ਕਿਹੜਾ ਮੁੱਲ ਜਿੱਦਾ ਤੇ ਕਿਹੜਾ ਹਾਰਦਾ ਏ। ਕਹਿੰਦਾ ਉੜਦੇ ਜੋ ਵੈਲੀ ਦਾ ਰੰਗ ਦਾ ਪਤਾ, ਕਿਹੜਾ ਕਿੰਨੇ ਜੋਗਾ ਸਾਨੂੰ ਸਭ ਦਾ ਪਤਾ, ਕਿ ਅੱਤ ਦੇ ਸ਼ਿਕਾਰੀ ਮਾਰਾ ਸਹਿ ਕੇ ਉੱਠੇ ਨੇ, ਅੱਜ ਜਿੰਨੇ ਉੱਠੇ ਸਾਡੇ ਨਾਲ ਰਹਿ ਕੇ ਉੱਠੇ ਨੇ, ਅਸੀਂ ਜਿਹਦੇ ਨਾਲ ਰੱਖੀ ਪੂਰੇ ਦਿਲੋਂ ਰੱਖੀਏ, ਕਿ ਮਾਰ ਮਾਰ ਪਾਤਸ਼ਾਹ ਸਹਾਰੇ ਨੀ ਲਏ, ਅਸੀਂ ਘਾਟੇ ਨੇ ਖਾਧੇ ਤਾਂ ਵੀ ਘਾਟ ਕੋਈ ਨਾ, ਜੋ ਠੱਗੀ ਸਾਡੇ ਨਾਲ ਲਾ ਗਏ ਉਹ ਚਬਾਰੇ ਨੀ ਪਏ, ਜੋ ਠੱਗੀ ਸਾਡੇ ਨਾਲ ਲਾ ਗਏ ਉਹ ਚਬਾਰੇ ਨੀ ਪਏ। ਸਮਾਂ ਚਾਰ ਮਿੰਟ ਬਾਕੀ ਹੈ, ਦੋ ਮਿੰਟ ਤਾਂ ਤੈਨੂੰ ਹੋ ਗਏ ਇੱਥੇ ਖੜੇ ਨੂੰ, ਸਮਾਂ ਚਾਰ ਮਿੰਟ ਬਾਕੀ ਹੈ ਪਰਲੀ ਕੁਸ਼ਤੀ ਦਾ, ਸਮਾਂ ਚਾਰ ਮਿੰਟ ਹੈ, ਯਾਨੀ ਪਰਲੇ ਪਾਸੇ ਕੁਸ਼ਤੀ ਚੱਲਦੀ ਹੈ। ਬਾਈ ਕਮੇਟੀ ਕਹਿੰਦੀ ਹੈ, ਕਮੇਟੀ ਕਹਿੰਦੀ ਹੈ ਮੁਖਤਿਆਰ, ਅਗਰ ਉਹ ਕੁਸ਼ਤੀ ਆਪਾਂ ਇੱਥੇ ਹੀ ਛਡਾ ਲਾਂਗੇ ਜੇ ਤੁਸੀਂ ਪਿੱਛੇ ਨਹੀਂ ਹਟੇ ਤਾਂ, ਪਿੱਛੇ ਹਟ ਜਾਓ ਸਾਰੇ, ਹਾਂ ਸਾਰੇ ਵੀਰ ਪਿੱਛੇ ਪਿੱਛੇ ਹਟ ਜਾਓ, ਨਹੀਂ ਤੇ ਮੁਲਾਜ਼ਮ ਵੀਰ ਪਰਲੇ ਪਾਸੇ
ਇੱਕ ਪੁਲਿਸ ਮੁਲਾਜ਼ਮ ਆਇਆ ਇੱਧਰ ਸਾਡੇ ਕੋਲ, ਕਹਿੰਦਾ ਕਾਰਵਾਈ ਕਰਾਂਗੇ। ਕਿਹੜੀ ਕਰਾਂਗੇ? ਜਿਹੜੀ ਲਡੇਨ ਤੇ ਕੀਤੀ ਸੀ ਅਮਰੀਕਾ ਨੇ, ਉਹ ਕਾਰਵਾਈ ਕਰਾਂਗੇ। ਪਿੱਛੇ ਹਟ ਜਾਓ, ਹਾਂ ਹਟੋ ਪਿੱਛੇ। ਪਰ ਇੱਧਰ ਚੱਲਦਾ ਹੋਇਆ ਮੰਨ ਲਈ ਯੁੱਧ ਮੈਦਾਨ ਦੇ ਵਿੱਚ ਨਦੀਮ ਤੇ ਸਰਵਣ, ਡੇਰਾ ਬਾਬਾ ਨਾਨਕ ਦੇ ਦਰਮਿਆਨ ਵੱਡੀ ਕੁਸ਼ਤੀ ਚੱਲਦੀ ਹੈ। ਕਹਿੰਦਾ ਜਦੋਂ ਜਦੋਂ ਗੱਲ ਹੁੰਦੀ ਜੇਕਰ ਜ਼ਰੂਰੀ ਹੁੰਦਾ ਕੁਸ਼ਤੀ ਤੇ ਭਲਵਾਨੀ ਦਾ, ਉਂਝ ਤਾਂ ਪਤਾ ਮਿੱਤਰੋ ਸਭ ਤੇ ਜਵਾਨੀ ਆਉਂਦੀ ਹੈ, ਪਰ ਟਾਵੇਂ ਟਾਵੇਂ ਗੱਭਰੂ ਉੱਪਰ ਕਰਵਾ ਦੂ। ਕਹਿੰਦੇ ਆਪਾਂ ਇੱਦਾਂ ਵੀ ਕੁਸ਼ਤੀ ਨਹੀਂ ਕਰਵਾਉਣੀ ਜਿਹਦੇ ਨਾਲ ਸਾਡਾ ਖਾਣਾ ਖਰਾਬ ਹੋਵੇ। ਹੋ ਗਿਆ ਫੈਸਲਾ, ਮੈਨੂੰ ਲੱਗਦਾ ਬਾਘਾ ਜੇਤੂ ਹੈ। ਜਿੱਤ ਗਿਆ ਜੀ ਬਾਘਾ, ਬਾਘਾ ਰਾਜ ਵਾਗ ਜਿੱਤ ਗਿਆ। ਤਾੜੀਆਂ ਲਾ ਦੋ ਬਾਘੇ ਦੇ ਲਈ, ਬਾਘਾ ਬਾਘਿਆ ਹੀ ਥੋੜੇ ਦਿਨਾਂ ਦੇ ਵਿੱਚ ਵੱਡੀ ਪਹਿਚਾਣ ਬਣਾ ਗਿਆ ਬਾਘਾ ਰਾਜ ਬਾਗ ਵਾਲਾ। ਲਓ ਇੱਧਰ ਫਾਈਨਲ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਚੱਲਦਾ ਹੋਇਆ ਵੱਡਾ ਮੁਕਾਬਲਾ ਹੈ। ਕਹਿੰਦਾ ਸੋਹਣੀ ਖੇਡ ਦੇ ਵਾਲੇ ਖੇਡ ਦੇ ਚੰਗੀ ਦਿਖਾਉਂਦੇ ਨੇ, ਸੈਂਕੜੇ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡਣ ਸੰਦਲੀ ਪੈਣਾ ਪਾ ਜਾਂਦੇ, ਜਿੰਦ ਸਵਾੜਿਆ ਮਾਪਿਓ ਪਿੰਡ ਦਾ ਨਾਂ ਚਮਕਾ ਜਾਂਦੇ, ਕਿ ਜਿੰਦ ਸਵਾੜਿਆ ਮਾਪਿਓ ਪਿੰਡ ਦਾ ਨਾਂ ਚਮਕਾ ਜਾਂਦੇ। ਉਧਰ ਵੱਡਾ ਧੰਨਵਾਦ ਕਰਦੇ ਹਾਂ ਸਾਡੇ ਮੁਖਤਿਆਰ ਅਲੀ ਜੀ, ਬੀਕਾ ਪ੍ਰਧਾਨ ਜੀ, ਤਾਲਬ ਹੁਸੈਨ ਚੋਚੀ, ਨਾਲ ਹੀ ਸਾਡੇ ਨਜ਼ੀਰ ਹੁਸੈਨ ਬੀ ਐਸ ਐਫ, ਸਦਾਮ ਹੁਸੈਨ ਸੰਧੂ ਸਾਹਿਬ, ਮਸਕੀਨ ਟੇਲਰ, ਹਾਜੀ ਰੋਸ਼ਨ ਜੀ, ਜੂਹਰ ਅਲੀ ਜੀ, ਰਹਿਮ ਅਲੀ ਜੀ ਤੇ ਤੇਗ ਅਲੀ, ਨਾਲ ਇਕਬਾਲ ਸਾਡੇ ਭਰਾ ਜਿਹੜੇ ਆਹ ਰਲ ਮਿਲ ਕੇ ਜਿਹਨਾਂ ਭਰਾਵਾਂ ਨੇ ਅੱਜ ਵੱਡਾ ਦੰਗਲ ਜਿਹੜਾ ਕਰਵਾ ਦਿੱਤਾ ਹੈ। ਚਲੋ ਚੋਟੀ ਦੀਆਂ ਕੁਸ਼ਤੀਆਂ, ਕੁੰਡੀਆਂ ਦੇ ਸਿੰਘ ਫਸੇ ਹੈ, ਸਪਨਾ ਸਪ ਲੜਾ ਦਿੱਤੇ ਅੱਜ ਭਾਗਸ਼ਾਲੀ ਦੀ ਧਰਤੀ ਤੇ, ਮੈਂ ਕਿ ਚੋਟੀ ਦੇ ਮੁਕਾਬਲੇ ਕਰਵਾ ਦਿੱਤੇ ਆ। ਕਹਿੰਦਾ ਨਾ ਧੁੱਪਾਂ ਦੇ ਵਿੱਚ ਸੜਦੇ ਆ, ਨਾ ਵਿੱਚ ਸਿਆਲਾ ਕਰਦੇ ਆ, ਜਦ ਪਾਠੀ ਬੋਲੇ ਤੜਕੇ ਦੂਜੀ ਤੋੜ ਮਿਹਨਤ ਕਰਦੇ ਆ, ਕਿ ਪੱਟਾਂ ਦੇ ਨਾਲ ਪੱਟਵੇ ਖੇਡੇ, ਨਾਲੇ ਟੋਲੇ ਸੰਮੀ ਭਰਦੇ ਆ, ਤਾਂ ਕਿਹੜੇ ਕਿਹੜੇ ਕੁਸ਼ਤੀ ਦੇ ਉਸਤਾਦਾਂ ਕੋਲੋਂ ਪੜਦੇ ਆ। ਹੁਣ ਸੋਨੂ ਕਿਰਲ ਕਰਵਾ ਲਿਆ ਵੇ, ਆ ਪੰਜਾਬ ਦੇ ਸੂਰਜ ਚੜਦੇ ਆ, ਹੁਣ ਸੋਨੂ ਕਿਰਲ ਕਰਵਾ ਲਿਆ ਵੇ, ਆ ਪੰਜਾਬ ਦੇ ਸੂਰਜ ਚੜਦੇ ਆ। ਪਰਲੇ ਪਾਸੇ ਹੋ ਜਾਓ, ਮੱਠਾ ਮੱਠਾ ਬਜਾ ਲਓ, ਦਿਹਾੜੀ ਤੁਸੀਂ ਪੈ ਗਈ ਹੈ, ਕੋਈ ਚੱਕਰ ਨਹੀਂ, ਹੁਣ ਟੈਨਸ਼ਨ ਲਿਖੋ ਹੀ ਨਾ, ਭਾਵੇਂ ਬਾਹਰ ਵੀ ਕਰ ਲਓ। ਹਾਂ ਤੇਜ਼ੀ ਲਿਆਓ ਜੀ, ਤੇਜ਼ੀ ਲਿਆਓ, ਭਰਮਾਨ ਕਰੋ, ਦਾਅ ਭੇਜ ਲਿਆਓ, ਕੁਰਸੀ ਦਿਖਾਓ, ਪੈਂਦੀ ਕਹਿੰਦੀ ਹੈ ਕਿ ਦਾਅ ਭੇਜ ਲਗਾਓ, ਕੁਰਸੀ ਥੋੜ੍ਹੀ ਤੇਜ਼ ਕਰੋ। ਵੱਡਾ ਨੌਜਵਾਨ ਹੈ, ਇੱਕ ਪਾਸੇ
ਮੁਕਾਬਲਾ ਚੱਲਦੀ ਕੁਸ਼ਤੀ, ਸਮਾਂ ਬੀਤਦਾ ਜਾਂਦਾ ਏ। ਕਹਿੰਦਾ ਲਾ ਟੀਕੇ ਕਿੱਥੇ ਹੁੰਦੇ ਵੱਡੇ ਜਿਗਰੇ, ਉਹ ਤਾਂ ਥੋੜੇ ਕੁ ਦਿਨਾਂ ਦੀ ਹੁੰਦੀ ਲੋੜ ਬਈ, ਉਹੀ ਚੱਲਦੇ ਨੇ ਲੰਮਾ ਟਾਈਮ ਸ਼ੇਰਿਆ, ਜਿਹੜੇ ਰੱਖਦੇ ਨੇ ਮਿਹਨਤਾਂ ਤੇ ਜ਼ੋਰ ਬਈ। ਕਹਿੰਦਾ ਮੋੜਦੇ ਨੀ ਕਦੇ ਉਸਤਾਦ ਦਾ, ਰੱਬ ਦੇਖਦੇ ਆ ਉਸੇ ਦੇ ਦੀਦਾਰ ਚੋਂ ਕਿ ਕਰ ਮਿਹਨਤਾਂ ਕਮਾਉਣਾ ਪੈਂਦਾ ਮਿੱਤਰੋ, ਜ਼ੋਰ ਮਿਲਦਾ ਨਾ ਮੁੱਲ ਵੀ ਬਾਜ਼ਾਰ ਤੋਂ, ਕਰ ਮਿਹਨਤਾਂ ਕਮਾਉਣਾ ਪੈਂਦਾ ਮਿੱਤਰੋ ਕਿ ਜ਼ੋਰ ਮਿਲਦਾ ਨਾ ਮੁੱਲ ਵੀ ਬਾਜ਼ਾਰ ਤੋਂ। ਸਮਾਂ 5 ਮਿੰਟ ਬਾਕੀ ਹੈ, ਉਹ ਤੋਂ ਬਾਅਦ ਪੁਆਇੰਟਾਂ ਤੇ ਕੁਸ਼ਤੀ ਹੋਣੀ ਹੈ, ਜਿੱਤ ਹਾਰ ਜਿਹੜੀ ਜ਼ਰੂਰ ਕਰਾਂਗੇ ਕਮੇਟੀ ਕਹਿੰਦੀ ਹੈ। 5 ਮਿੰਟ ਖੁੱਲੀ ਕੁਸ਼ਤੀ ਦਾ ਸਮਾਂ ਹੈ, ਉਹ ਤੋਂ ਬਾਅਦ ਕੁਸ਼ਤੀ ਪੁਆਇੰਟਾਂ ਤੇ ਹੋਣੀ ਹੈ। ਕਿ ਕੱਲ ਯੁੱਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ, ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ। ਤੇ ਘਰ ਦੀ ਲੜਾਈ ਗੱਲ ਆਮ ਮੈਲੀ ਵਾਲਿਆ, ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜ ਜਾਂਦੇ ਨੇ, ਕਿ ਮੀਣੀਆਂ ਦੇ ਪੱਲੇ ਬਸ ਟੱਕਰਾਂ ਹੀ ਹੁੰਦੀਆਂ, ਤੇ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ, ਉਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ। ਕੁੰਡੀਆਂ ਦੇ ਸਿੰਘ ਅੜੇ ਪਏ ਆ, ਅੱਜ ਭਾਗਸ਼ਾਲੀ ਦੀ ਧਰਤੀ ਦੇ ਕੁੰਡੀਆਂ ਦੇ ਸਿੰਘ ਅੜੇ ਪਏ ਆ। ਚੱਲਦਾ ਹੋਇਆ ਵੱਡਾ ਮੁਕਾਬਲਾ ਹੈ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਹੈ। ਮਾਰੋ ਹੁੱਲੀ ਲਗਾਓ ਦਾਬੇ ਚ, ਕਿ ਜ਼ੋਰ ਤੇ ਦਲੇਰੀ ਨਾਲ ਪਹਿਲਵਾਨੀਆਂ ਨਹੀਂ ਹੁੰਦੀਆਂ, ਮਾਰ ਮਿਹਨਤਾਂ ਦੇ ਚੋਬਰਾਂ ਨੇ ਕਿਤੇ ਫਿੱਕਾ ਗੁੰਦੀਆਂ, ਮੂਹਰੇ ਹੋ ਜਿਹੜਾ ਮੱਲ ਮਾਰਦਾ ਪੱਕਾ ਦਾ ਯਾਰੋ, ਸਦਾ ਆਰ ਪਾਰ ਦੇ ਹੋਣ ਫੈਸਲੇ ਫਿਰ ਉਸ ਥਾਂ ਯਾਰੋ, ਆਖੇ ਦੀਪ ਬਠਿੰਡੇ ਵਾਲਾ ਸਦਾ ਸੱਚੀ ਗੱਲ ਬਈ, ਮਨ ਨੀਵੇਂ ਮਤ ਉੱਚੀ ਤੋਂ ਪਛਾਣੇ ਜਾਂਦੇ ਮੱਲ ਬਈ, ਮਨ ਨੀਵੇਂ ਮਤ ਉੱਚੀ ਤੋਂ ਪਛਾਣੇ ਜਾਂਦੇ ਮੱਲ ਬਈ। ਸਮਾਂ ਹੌਲੀ ਹੌਲੀ ਬੀਤਦਾ ਜਾਂਦਾ ਹੈ, ਥੋੜੀ ਦੇਰ ਚ ਆਉਣਾ। ਛਾਪਾ 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 ਮਾਰੋ ਹੱਲਾ, ਸਮਾਂ ਜਿਹੜਾ ਥੋੜਾ ਬਾਕੀ ਹੈ, ਨਾ ਭੇਜ ਮਾਰ ਕੇ ਕਰੋ ਕੁਸ਼ਤੀ ਦਾ ਫੈਸਲਾ ਬਣਵਾਨੂ। ਦੋਨੋਂ ਚੋਟੀ ਦੇ ਮੱਲ ਮੈਦਾਨ ਦੇ ਵਿੱਚ ਚੱਲਦਾ ਹੋਇਆ ਯੁੱਧ, ਕਿ ਸਪਾਟਿਆਂ ਦੇ ਨਾਲ ਯਾਰੋ ਦਾਮੂ ਬਣਦੇ, ਬੈਠਕਾਂ ਦੇ ਨਾਲ ਪੱਟ ਥੰਮ ਬਣਦੇ, ਕਿ ਡੰਡਾ ਨਾਲ ਆਉਂਦੀ ਯਾਰੋ ਬਾਹਾਂ ਵਿੱਚ ਜਾਣ, ਗੁਰੂ ਬਿਨਾਂ ਯਾਰੋ ਕਦੇ ਮਿਲੇ ਨਾ ਗਿਆਨ। ਖਾਣਾ ਛੱਡ ਦੇਸੀ ਖਾਇਓ ਨਾ ਕੁਝ ਹੋਰ ਮਿੱਤਰੋ, ਇੱਕ ਸਭ ਤੋਂ ਜ਼ਰੂਰੀ ਹੁੰਦੇ ਜ਼ੋਰ ਮਿੱਤਰੋ, ਖੁਰਾਕ ਪਹਿਚਾਣ ਦੇ ਲਈ ਵੱਡੀ ਮਿਹਨਤ ਮਾਰਨੀ ਪੈਂਦੀ ਹੈ, ਤੇ ਜਿਗਰਾ ਵੱਡਾ ਹੁੰਦਾ ਹੈ, ਜਿਗਰੇ ਦੀ ਖੇਡ ਹੈ ਪਹਿਲਵਾਨੀ, ਜਿਗਰੇ ਦੇ ਨਾਲ ਜਿਹੜੀ ਕੁਸ਼ਤੀ ਕਰੀ ਜਾਂਦੀ ਹੈ। ਬੜਾ ਬੰਦਾ ਜਿਹੜਾ ਮੈਦਾਨ ਦੇ ਵਿੱਚ ਨਹੀਂ ਆ ਸਕਦਾ, ਵੱਡੇ ਜਿਗਰੇ ਆ ਬਾਹਾਂ ਦੇ ਬਲੀ ਪੁੱਤ ਹੈ ਜਿਹੜੇ ਮੈਦਾਨ ਦੇ ਵਿੱਚ ਜ਼ੋਰ ਦਿਖਾਉਂਦੇ ਆ। ਕਹਿੰਦਾ ਜ਼ੋਰ ਤੇ ਦਲੇਰੀ ਨਾਲ ਪਹਿਲਵਾਨੀਆਂ ਨੇ ਹੁੰਦੀਆਂ, ਮਾਰ ਮਿਹਨਤਾਂ ਦੇਖ ਚੋਬਰਾਂ ਨੇ ਕਿਤੇ ਫਿੱਕਾਂ ਗੁੰਦੀਆਂ, ਮੂਹਰੇ ਹੋ ਹੋ ਜਿਹੜਾ ਮੱਲ ਮਾਰਦਾ ਪੱਕਾ ਦਾ ਯਾਰੋ, ਸਦਾ ਆਰ ਪਾਰ ਦੇ ਹੁਣ ਫੈਸਲੇ ਫਿਰ ਉਸ ਥਾਂ ਯਾਰੋ, ਆਖੇ ਦੀਪ ਬਠਿੰਡੇ ਵਾਲਾ ਸੱਚੀ ਗੱਲ ਬਈ, ਮਨ ਨੀਵੇਂ ਮਤ ਉੱਚੀ ਤੋਂ ਪਛਾਣੇ ਜਾਂਦੇ ਮੱਲ ਬਈ, ਮਨ ਨੀਵੇਂ ਮਤ ਉੱਚੀ ਤੋਂ ਪਛਾਣੇ ਜਾਂਦੇ ਮੱਲ ਬਈ। ਮਾਰੋ ਮਾਰੋ ਹੱਲਾ ਪਹਿਲਵਾਨੋ, ਸਭਾ ਘੱਟ ਹੈ, ਲਿਆਓ ਤੇਜੀ ਲਗਾਓ ਦਾਬੇ ਚ। ਦਰਸ਼ਕ ਕਹਿੰਦੇ ਹੈ ਕਿ ਆਖਰੀ ਸੈਕਿੰਡ ਤੱਕ ਜਿਹੜਾ ਆਪਾਂ ਨਜ਼ਾਰਾ ਲੈ ਕੇ ਜਾਵਾਂਗੇ, ਦਰਸ਼ਕ ਕਹਿੰਦੇ ਆਖਰੀ ਸੈਕਿੰਡ ਤੱਕ ਜਿਹੜਾ ਇਸ ਕੁਸ਼ਤੀ ਦਾ ਨਜ਼ਾਰਾ ਤੱਕਾਂਗੇ। ਉਧਰ ਇੱਕ ਵਾਰ ਫਿਰ ਤੋਂ ਵੱਡਾ ਧੰਨਵਾਦ ਸਾਡੇ ਅੱਜ ਦੇ ਕੁਸ਼ਤੀ ਦੰਗਲ ਦੇ ਚੀਫ ਗੈਸਟ
ਸਾਡੇ ਸੋਨੂੰ ਚੌਧਰੀ ਜੀ ਪ੍ਰੋਗਰਾਮ ਪੁਆਇੰਟ ਲੈ ਗਿਆ। ਬੁੱਲੀ ਗੁੱਜਰ ਸਾਡਾ ਵੀਰ, ਮੰਛੂ ਭਲਵਾਨ ਮਨਜੂਰ ਤੇ ਸ਼ਬੀਰ ਵਰਗੇ ਭਰਾ ਜਿਨ੍ਹਾਂ ਨੇ ਐਨ ਇੱਕ ਸਫਲ ਦੰਗਲ ਜਿਹੜਾ ਕਰਵਾਤਾ ਹੈ। ਇੱਕ ਵਾਰ ਫੇਰ ਸਾਰੇ ਦਰਸ਼ਕ ਵੀਰ ਬਈ, ਅਗਰ ਕੁਸ਼ਤੀਆਂ ਦਾ ਸਵਾਦ ਆਇਆ ਤਾੜੀਆਂ ਲਾਓ ਇਹਨਾਂ ਨੌਜਵਾਨਾਂ ਦੇ ਲਈ, ਇਹਨਾਂ ਕਮੇਟੀ ਮੈਂਬਰਾਂ ਦੀ ਤਾੜੀਆਂ ਲਾ ਦਿਓ ਜਿਨ੍ਹਾਂ ਨੇ ਵਗੇ ਬੱਲੇ 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 ਕੁਸ਼ਤੀ ਪੁਆਇੰਟਾਂ ਤੇ ਆ ਨਦੀਮ ਤੇ ਨਾਲ ਸਰਵਣ, ਬੱਲੇ 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 ਹੁੰਦੀ ਹੈ ਵਿੱਚ, ਚਲੋ ਵਿੱਚ 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 ਕੁਸ਼ਤੀ ਜਿਹੜੀ ਅਖਾੜੇ ਦੇ ਵਿੱਚ, ਸ਼ੇਰ ਅਲੀ ਔਰ ਫਰਮਾਨ ਅਲੀ ਸਾਡੇ ਭਰਾ, ਹਾਂ ਬੱਚੂ ਵੀਰ ਸਾਡਾ ਜਿਨ੍ਹਾਂ ਨੇ ਵੱਡੇ ਮਾਇਆ ਦੇ ਗੱਫੇ ਦਿੱਤੇ ਹੈ, ਹਾਂ ਸਾਰੇ ਵੀਰਾਂ ਦਾ ਜਿਹੜਾ ਧੰਨਵਾਦ ਹੈ। ਨਾ ਜਦ ਕੁਸ਼ਤੀ ਜਿਹੜੀ ਪੁਆਇੰਟਾਂ ਤੇ ਹੈ, ਕਹਿੰਦਾ ਵਿੱਚ ਮੈਦਾਨ ਤੇ ਕਦੇ ਨੀ ਜਿੱਤ ਸਕਦਾ ਜਿਹੜਾ ਮਿੰਟ ਨਾ ਹੋਵੇ ਚੋਰ ਮਿੱਤਰੋ, ਕਰੋ ਖਾ ਖਾ ਕੇ ਉਸਤਾਦਾਂ ਤੋਂ ਮਾਰ ਖਾ ਕੇ ਫਿਰ ਬੰਦਾ ਸਰੀਰ ਕਠੋਰ ਮਿੱਤਰੋ, ਕੇ ਹੌਲੀ ਹੌਲੀ ਗੁੱਡੀ ਫਿਰ ਚੜੇ ਸਮਾਧੀ, ਜੇ ਹੋਵੇ ਡੋਲਿਆਂ ਪੱਟਾਂ ਵਿੱਚ ਜੋਰ ਮਿੱਤਰੋ, ਔਰ ਰਾਮਪੁਰ ਵਾਲਿਆਂ ਫਿਰ ਜਿੱਤ ਹੁੰਦੇ ਨੇ, ਕਾਰਾਂ ਬੁਲਟ ਟਰੈਕਟਰ ਤੇ ਬਹੁਤ ਕੁਝ ਹੋਰ ਮਿੱਤਰੋ, ਕਿ ਰਾਮਪੁਰ ਵਾਲਿਆਂ ਫਿਰ ਜਿੱਤ ਹੁੰਦੇ ਨੇ, ਕਾਰਾਂ ਬੁਲਟ ਟਰੈਕਟਰ ਤੇ ਬਹੁਤ ਕੁਝ ਹੋਰ ਮਿੱਤਰੋ। ਉਸਦੀ ਪੁਆਇੰਟਾਂ ਤੇ ਹੈ, ਸਮਾਂ ਜਿਹੜਾ ਖਿੱਚਦਾ ਜਾਂਦਾ ਹੈ, ਜਿਹੜਾ ਮਲ ਪਹਿਲਾ ਪੁਆਇੰਟ ਲੈ ਗਿਆ ਉਹੀ ਮਲ ਜੇਤੂ ਹੋਊਗਾ। ਕਹਿੰਦਾ ਕੱਲੇ ਜੋਰਾਂ ਨਾਲ ਕਦੇ ਜਿੱਤ ਹੁੰਦੇ ਨਾ ਮੈਦਾਨ, ਬਈ ਜੋਰ ਜਿਗਰਾਂ ਤੇ ਨਾਲੇ ਹੁਸ਼ਿਆਰੀ ਚਾਹੀਦੀ, ਦਿਮਾਗ ਠੰਡਾ ਲਹੂ ਤੱਤਾਂ ਨਾਲੇ ਜੱਤ ਸੱਤ ਪੱਕਾ, ਵੱਡੀ ਮਿਹਨਤ ਖੁਰਾਕ ਤੋਂ ਭਾਰੀ ਚਾਹੀਦੀ, ਕਿ ਢਾਕ ਡੰਡਾ ਧੋਬੀ ਮਾਰੇ ਭੱਜ ਕੇ ਨਿਕਾਲ, ਐਸੀ ਦਾਵਾਂ ਵਾਲੀ ਫੁੱਲ ਕਲਾਕਾਰੀ ਚਾਹੀਦੀ। ਕਹਿੰਦਾ ਅਮਨ ਦੇ ਓਲ ਯੁੱਧ ਵੇਖਣਾ ਹੀ ਸੌਖਾ, ਯੁੱਧ ਕਰਨੇ ਲਈ ਵੱਡੀ ਜੀਦਾਰੀ ਚਾਹੀਦੀ, ਕਿ ਯੁੱਧ ਕਰਨੇ ਲਈ ਵੱਡੀ ਜੀਦਾਰੀ ਚਾਹੀਦੀ। ਸ਼ਾਬਾ 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 ਸ਼ਾਬਾ। ਉਧਰ ਇੱਕ ਵਾਰ ਫੇਰ ਨੋਟ ਕਰਿਓ ਜੀ, ਇੱਕ ਤਰੀਕ ਜਨਵਰੀ, ਇੱਕ ਜਨਵਰੀ ਜਿਹੜੇ ਨਵੇਂ ਸਾਲ ਦੀ ਪਹਿਲੀ ਤਰੀਕ ਹੈ, ਸਦਕੇ ਚੱਕ ਨੇੜੇ ਪਰਲੋਟੀ ਜਿਹੜਾ ਦੰਗਲ ਹੈ, ਹਾਜੀ ਸਾਹਿਬ ਜਿਹੜੇ ਪਿਆਰ ਭਰੇ ਸੱਦੇ ਦਿੰਦੇ ਹੈ, ਕਿ ਹਾਜੀ ਉਮਰਦੀਨ ਜੀ, ਹਾਜੀ ਬਾਰੂ ਜੀ ਔਰ ਹਾਜੀ ਬਾਬੂ ਜੀ, ਕਹਿੰਦੇ ਸਿਰਫ ਸੱਦੇ ਪੱਤਰ ਵਾਲੇ ਭਲਵਾਨਾਂ ਦੀਆਂ ਕੁਸ਼ਤੀਆਂ ਕਰਾਈਆਂ ਜਾਣਗੀਆਂ, ਸਿਰਫ ਤੋਂ ਸਿਰਫ ਜਿਹਨਾਂ ਭਲਵਾਨਾਂ ਨੂੰ ਕਮੇਟੀ ਵੱਲੋਂ ਸੱਦੇ ਹੋਣਗੇ, ਇੱਕ ਤਰੀਕ ਨੂੰ ਸਦਕੇ ਚੱਕ ਉਹਨਾਂ ਹੀ ਭਲਵਾਨਾਂ ਦੀਆਂ ਕੁਸ਼ਤੀਆਂ ਹੋਣੀਆਂ ਨੇ। ਐਦਾਂ ਕੋਈ ਵੀ ਭਲਵਾਨ ਆ ਕੇ ਜਿਹੜਾ ਕਮੇਟੀ ਨੂੰ ਤੰਗ ਨਾ ਕਰਿਓ, ਲੱਗਾ ਹੋਇਆ ਜ਼ੋਰ ਹੈ ਪਿੱਛੇ 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 ਹਟ ਜਾਓ, ਪਿੱਛੇ ਹਟ ਜਾਓ, ਉਹ ਹਟੋ ਤਾਂ ਸਹੀ, ਪਰ ਰੈਫਰੀ ਖੜਾ ਵਿੱਚ ਯਾਰ, ਪਿੱਛੇ ਪਿੱਛੇ ਹਟ ਜਾਓ। ਕਮੇਟੀ ਵੱਲੋਂ ਫਿਰ ਸੇ ਬੋਲਦੇ, ਫਿਰ ਸੇ ਭਈਆ ਬੋਲਦੇ ਬੋਲਦੇ ਭਈਆ ਬੋਲਿਆ ਕਰ, ਨਦੀਮ ਪਹਿਲਵਾਨ ਕਮੇਟੀ ਵੱਲੋਂ ਜੇਤੂ ਹੈ ਜੀ, ਅੱਜ ਦੇ ਕੁਸ਼ਤੀ ਦੰਗਲ ਦੀ ਜਿਹੜੀ ਫਾਈਨਲ ਕੁਸ਼ਤੀ, ਨਦੀਮ ਜੇਤੂ।